ਹਾਂਜੀ ਮੈਂ ਸੁਖਪ੍ਰੀਤ ਬੋਲਦੀ ਅੰਕਲ ਜੀ। ਹਾਂਜੀ ਹਾਂਜੀ ਅੰਕਲ ਜੀ, ਜੇ ਕਹਿੰਦੇ ਕਿ ਵੈਦੇ ਬਾਬੇ ਨੂੰ ਗਵਾਹ ਬਣਿਆ, ਪਰ ਮੰਨ ਲੈਣਾ ਚਾਹੀਦਾ ਵੈਦੇ ਮਾਫ ਗਵਾਹ, ਕਿਉਂਕਿ ਇਹਨੇ ਸਾਰੀਆਂ ਏਜੰਸੀਆਂ ਦਾ ਜਾਂ ਸਰਕਾਰ ਦਾ ਸਾਥ ਤਾਂ ਦਿੱਤਾ ਨਾ। ਜੀ ਜੀ ਬਿਲਕੁਲ ਦਿੱਤਾ। ਇਨਫੈਕਟ ਜੇ ਇਹ ਕੋਆਪਰੇਟ ਨਾ ਕਰਦਾ, ਮੈਂ ਜਿਵੇਂ ਇੰਟਰਵਿਊ ਦਾ ਇੱਕ ਦਾ ਜ਼ਿਕਰ ਕਰ ਰਿਹਾ, ਜਿਹੜਾ ਇੱਕੋ ਇੰਟਰਵਿਊ ਉਹਨੇ ਦਿੱਤਾ ਵਾ, ਜੇ ਉਹ ਗੱਲਾਂ ਨਾ ਦੱਸਦਾ, ਜੋ ਉਹ ਡਿਟੇਲਸ ਨਾ ਦੱਸਦਾ, ਤਾਂ ਸ਼ਾਇਦ ਸਾਨੂੰ ਪਤਾ ਨਹੀਂ ਸੀ ਲੱਗਣਾ ਵੀ ਇਹ ਬੰਬ ਧਮਾਕੇ ਜਿਹੜੇ ਆ, ਇਹਨਾਂ ਦੀ ਤਾਰ ਕਿੱਥੇ ਜਾ ਕੇ ਜੁੜਦੀ ਆ, ਕਿੱਥੋਂ ਪੈਸਾ ਆਇਆ, ਕਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਇਲਜ਼ਾਮ ਇਹਨਾਂ ਨੂੰ ਕਰਨ ਵਾਲੇ ਸਨ, ਔਰ ਕੀ ਕਰਨ ਦੀ ਇਹਨਾਂ ਨੂੰ ਕਿਵੇਂ ਸਾਰੇ ਪਲੋਟ ਨੂੰ ਅਨਰੇਵਲ ਜਿਹੜਾ ਕਰਨ ਦਾ ਸਿਸਟਮ ਸੀਗਾ, ਵੀ ਇਹ ਬੰਬ ਧਮਾਕੇ ਨੂੰ ਅੰਜਾਮ ਕਿਹਨੇ ਦਿੱਤਾ, ਇਹ ਸਭ ਕੁਝ ਇਸੇ ਗੱਲ ਕਰਕੇ ਬਾਹਰ ਨਿਕਲ ਕੇ ਆਇਆ, ਕਿਉਂਕਿ ਯਾਕੂਬ ਮੈਮਨ ਨੇ ਇਹ ਸਾਰੀਆਂ ਗੱਲਾਂ ਆ ਕੇ ਦੱਸੀਆਂ। ਇਨਫੈਕਟ ਹੁਣ ਮੇਰੇ ਖਿਆਲ ਫਾਂਸੀ ਤੋਂ ਪਹਿਲਾਂ ਉਹ ਜ਼ਰੂਰ ਪਛਤਾ ਰਿਹਾ ਹੋਣਾ ਵਾ ਕਿ ਸ਼ਾਇਦ ਉਹਨੂੰ ਆਉਣ ਦੀ ਲੋੜ ਹੀ ਨਹੀਂ ਸੀ, ਜਿਵੇਂ ਉਹਦਾ ਭਰਾ ਫਰਾ ਰਿਹਾ ਜਾਂ ਬਾਕੀ ਪਰਿਵਾਰ ਦੇ ਮੈਂਬਰ ਬਾਹਰ ਰਹਿ ਰਹੇ ਆ, ਅਤੇ ਉਹ ਵੀ ਬਾਹਰ ਜ਼ਿੰਦਗੀ ਆਪਣੀ ਬਸਰ ਕਰ ਸਕਦਾ ਸੀ। ਇੱਥੇ ਆ ਕੇ ਇੱਕ ਤਰੀਕੇ ਨਾਲ ਉਹਨੇ ਆਪਣੇ ਗਲ ਦੇ ਵਿੱਚ ਆਪ ਹੀ ਫੰਦਾ ਪੁਆਇਆ।